6 ਤੋੜੇ ਕਿੱਥੋਂ ਲਿਆਉਂਦੇ ਆ? ਸਕੂਲੋਂ। ਕਿਹੜੇ ਸਕੂਲੋਂ? ਵੱਡੇ ਸਕੂਲੋਂ। ਵੱਡੇ ਸਕੂਲ ਕਿੰਨੇ ਕਿਹਾ ਸੀ? ਕਿੰਨੇ? ਮੈਡਮ ਨੇ। ਮੈਡਮ ਨੇ। ਇਹ ਵਾਇਰਲ ਵੀਡੀਓ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੈਰੀ ਮੰਡੀ ਤੋਂ ਲਿਆਂਦੇ ਰਾਸ਼ਨ ਦੀ ਦੱਸੀ ਜਾ ਰਹੀ ਹੈ, ਜਿਸ ਦੀ ਤਸਦੀਕ ਰੇੜੀ ਤੇ ਰਾਸ਼ਨ ਲਿਆਉਣ ਵਾਲਾ ਵੀ ਕਰ ਰਿਹਾ ਹੈ। 4 5 6 6 ਤੋੜੇ ਕਿੱਥੋਂ ਲਿਆਉਂਦੇ ਆ? ਸਕੂਲੋਂ। ਕਿਹੜੇ ਸਕੂਲੋਂ? ਵੱਡੇ ਸਕੂਲੋਂ। ਵੱਡੇ ਸਕੂਲ ਕਿੰਨੇ ਕਿਹਾ ਸੀ? ਕਿੰਨੇ? ਮੈਡਮ ਨੇ। ਮੈਡਮ ਨੇ। ਠੀਕ ਹੈ। ਇਲਜ਼ਾਮ ਹੈ ਕਿ ਸਕੂਲ ਪ੍ਰਿੰਸੀਪਲ ਵੱਲੋਂ ਸਕੂਲ ਵਿੱਚ ਵਿਦਿਆਰਥੀਆਂ ਲਈ ਆਉਂਦਾ ਮਿਡ ਡੇ ਮੀਲ ਦਾ ਰਾਸ਼ਨ ਕਥਿਤ ਤੌਰ ਤੇ ਵੇਚਿਆ ਜਾ ਰਿਹਾ ਹੈ, ਜਿਸ ਦੇ ਵਿਰੋਧ ਵਿੱਚ ਸਕੂਲ ਦੇ ਬਾਹਰ ਪਿੰਡ ਵਾਸੀਆਂ ਵੱਲੋਂ ਧਰਨਾ ਲਗਾ ਕੇ ਰੋਸ ਮੁਜ਼ਾਹਰਾ ਵੀ ਕੀਤਾ ਗਿਆ। ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਸਕੂਲ ਪ੍ਰਿੰਸੀਪਲ ਵੱਲੋਂ ਜਿੱਥੇ ਬੱਚਿਆਂ ਦਾ ਮਿਡ ਡੇ ਮੀਲ ਦਾ ਰਾਸ਼ਨ ਵੇਚਿਆ ਜਾ ਰਿਹਾ ਹੈ। ਆਪਣੇ ਇਲਜ਼ਾਮਾਂ ਨੂੰ ਪੁਖਤਾ ਕਰਨ ਲਈ ਪਿੰਡ ਦੇ ਸਾਬਕਾ ਸਰਪੰਚ ਅਤੇ ਅਕਾਲੀ ਦਲ ਦੇ ਆਗੂ ਨੇ ਕਥਿਤ ਆਡੀਓ ਵੀ ਜਾਰੀ ਕੀਤੀ ਹੈ, ਜਿਸ 'ਚ ਸੁਣਿਆ ਜਾ ਸਕਦਾ ਹੈ ਕਿ ਸਕੂਲ ਦਾ ਰਾਸ਼ਨ ਬਾਹਰ ਭੇਜੇ ਜਾਣ ਸਮੇਂ ਜਦੋਂ ਸਕੂਲ ਦੇ ਸੁਰੱਖਿਆ ਮੁਲਾਜ਼ਮ ਨੇ ਫੋਨ ਤੇ ਸਕੂਲ ਪ੍ਰਿੰਸੀਪਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਰਾਸ਼ਨ ਮੇਰੇ ਵੱਲੋਂ ਹੀ ਬਾਹਰ ਭੇਜਿਆ ਜਾ ਰਿਹਾ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਸੁਰੱਖਿਆ ਮੁਲਾਜ਼ਮ ਨੂੰ ਵੀ ਹਟਾ ਦਿੱਤਾ ਗਿਆ। ਲੋ ਸੁਣੋ ਪ੍ਰਿੰਸੀਪਲ ਦੀ ਕਥਿਤ ਵਾਇਰਲ ਆਡੀਓ। ਹਾਂ ਆਪਣਾ ਖੋਲਿਆ ਨਾ ਗੇਟ? ਓ ਸਰ ਇਹ ਚੌਲ ਜਾ ਰਹੇ ਆ ਬਾਹਰ। ਹਾਂ ਹਾਂ ਆਪੇ ਭੇਜੇ। ਆਪੇ ਭੇਜੇ ਸਰ। ਸਰ ਇਹਦਾ ਕੋਈ ਆਪਾਂ ਫਿਲਿਕਸ ਚ ਕੁਝ ਹੈ? ਹਾਂਜੀ ਹਾਂਜੀ ਹੈਗਾ। ਠੀਕ ਹੈ ਸਰ, ਠੀਕ। ਓਕੇ। ਇਲਜ਼ਾਮ ਇਹ ਵੀ ਹੈ ਕਿ ਸਕੂਲ ਦੇ ਵਿਕਾਸ ਲਈ ਆਈ 10 ਲੱਖ ਰੁਪਏ ਦੀ ਗ੍ਰਾਂਟ ਨੂੰ ਵੀ ਸਹੀ ਤਰੀਕੇ ਨਾਲ ਵਰਤਿਆ ਨਹੀਂ ਗਿਆ। ਸਕੂਲ ਵਿੱਚ ਗੰਦਗੀ ਦਾ ਆਲਮ ਹੈ, ਇੱਥੋਂ ਤੱਕ ਕਿ ਵਿਦਿਆਰਥੀਆਂ ਲਈ ਬਣਾਏ ਗਏ ਪਖਾਨਿਆਂ ਦੀ ਹਾਲਤ ਵੀ ਖਰਾਬ ਹੈ। ਪਿੰਡ ਵਾਸੀਆਂ ਨੇ ਦੌਰਾ ਕਰਕੇ ਸਕੂਲ ਦੇ ਮੰਦੜੇ ਹਾਲਾਤ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਮੀਡੀਆ ਨੂੰ ਵਿਖਾਈਆਂ ਨੇ। ਸਿਕਿਉਰਿਟੀ ਦਾ ਇੱਥੇ ਪ੍ਰਬੰਧ ਕੀਤਾ ਗਿਆ, ਉਸ ਸਿਕਿਉਰਿਟੀ ਇੰਚਾਰਜ ਨੇ ਜਦੋਂ ਉਹਨੂੰ ਪਤਾ ਲੱਗਾ ਕਿ 6 ਤੋੜੇ ਚਾਵਲਾਂ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਅੰਦਰੋਂ ਬਾਹਰ ਜਾ ਰਿਹਾ, ਔਰ ਉਹਨੇ ਉਹਨਾਂ ਨੂੰ ਖਿਲਾਰ ਕੇ ਇਹ ਪੁੱਛਿਆ ਵੀ ਤੁਸੀਂ ਇਹ ਕਿੰਨੀ ਕਿਹਦੀ ਪਰਮਿਸ਼ਨ ਨਾਲ ਚਾਵਲ ਬਾਹਰ ਭੇਜ ਰਹੇ ਜੇ। ਉਹਨਾਂ ਨੇ ਸਿੱਧਾ ਸਿੱਧਾ ਨਾਂ ਲਿਆ ਚਾਵਲ ਰੇਹੜੀ ਵਾਲੇ ਨੇ ਕਿ ਪ੍ਰਿੰਸੀਪਲ ਦੀ ਸਹਿਮਤੀ ਨਾਲ ਪ੍ਰਿੰਸੀਪਲ ਨੂੰ ਫੋਨ ਲਗਾਇਆ ਗਿਆ। ਪ੍ਰਿੰਸੀਪਲ ਨੇ ਸਾਫ਼ ਸਾਫ਼ ਲਫ਼ਜ਼ਾਂ ਦੇ ਵਿੱਚ ਇੱਕ ਉਹਨੂੰ ਇਹ ਹਦਾਇਤ ਕੀਤੀ ਕਿ ਇਹ ਚਾਵਲ ਅਸੀਂ ਆਪਣੀ ਮਰਜ਼ੀ ਨਾਲ ਬਾਹਰ ਭੇਜ ਰਹੇ ਹਾਂ, ਯਾਨੀ ਕਿ ਚੱਕੀ 'ਤੇ ਭੇਜ ਰਹੇ ਹਾਂ ਵੇਚਣ ਵਾਸਤੇ। ਜਿਹਦੀ ਵੀਡੀਓ ਔਰ ਆਡੀਓ ਇਹ ਸਾਡੇ ਪਾਸ ਮੌਜੂਦ ਹੈ। 10 ਲੱਖ ਦੀਆਂ ਗ੍ਰਾਂਟਾਂ ਲਗਭਗ ਇਹਦੇ ਵਿੱਚ ਪੂਰੇ ਵੱਡੇ ਪੱਧਰ 'ਤੇ ਘਪਲਾ। ਜੇ ਇਹਦੀ ਬਿਲਕੁਲ ਨਿਰਪੱਖ, ਇਹ ਜੀ ਫਰਨੀਚਰ ਦੀ ਗ੍ਰਾਂਟ ਆ, ਉਹਦੇ ਵਿੱਚ 2-3 ਇੱਕ ਲੈਕਚਰ ਜਿਹੜੇ ਆ ਉਹਨਾਂ ਦੀ ਗ੍ਰਾਂਟ ਵੱਖਰੀ, ਟੋਇਲਟ ਦੀਆਂ ਗ੍ਰਾਂਟਾਂ ਜਿਹਦੇ ਵਿੱਚ ਬਹੁਤ ਵੱਡੇ ਪੱਧਰ 'ਤੇ, ਕਿਉਂਕਿ ਕੰਮ ਕੋਈ ਵੀ ਨਹੀਂ ਸਿਰੇ ਮੁਕੰਮਲ ਤਰੀਕੇ ਨਾਲ ਲੱਗਾ, ਔਰ ਗ੍ਰਾਂਟਾਂ ਦੇ ਵਿੱਚ ਬਹੁਤ ਵੱਡਾ ਹੇਰ ਫੇਰ ਕੀਤਾ। ਮੰਗ ਅਸੀਂ ਕਰਦੇ ਹਾਂ ਕਿ ਇਹਨੂੰ ਜਲਦ ਤੋਂ ਜਲਦ ਪ੍ਰਿੰਸੀਪਲ ਨੂੰ ਮੁਅੱਤਲ ਕਰਕੇ ਇਹਨੂੰ ਸਸਪੈਂਡ ਕਰਕੇ, ਔਰ ਜਿਹੜਾ ਗਰੀਬਾਂ ਦੇ ਰਾਸ਼ਨ ਦੇ ਉੱਤੇ ਬਹੁਤ ਵੱਡੇ ਪੱਧਰ 'ਤੇ ਇਹਨਾਂ ਡਾਕਾ ਮਾਰਿਆ, ਉੱਤੇ ਤੁਰੰਤ ਜਿਹੜੀ ਵੱਡੇ ਪੱਧਰ 'ਤੇ ਕਾਰਵਾਈ ਕਰਕੇ, ਤਾਂ ਕਿ ਕਾਂ ਕੋਈ ਵੀ ਮੁਲਾਜ਼ਮ ਇਸ ਚੀਜ਼ ਦੇ ਅੱਗੇ ਜਿਹੜਾ ਵਾ ਬੱਚਿਆਂ ਦੇ ਹੱਕਾਂ ਦੇ ਡਾਕਾ ਮਾਰ ਲੱਗਿਆ 20 ਵਾਰੀ ਸੋਚੇ। ਇੱਥੇ ਹੀ ਬਸ ਨਹੀਂ ਹੋਈ, ਪਿੰਡ ਵਾਸੀਆਂ ਵੱਲੋਂ ਰੋਸ ਮੁਜ਼ਾਹਰਾ ਕਰਨ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਇਸੇ ਸਕੂਲ ਵਿੱਚੋਂ 10ਵੀਂ ਪਾਸ ਕਰਨ ਵਾਲੇ ਇੱਕ ਦਲਿਤ ਵਿਦਿਆਰਥੀ ਨੂੰ 11ਵੀਂ ਵਿੱਚ ਦਾਖਲਾ ਨਹੀਂ ਦਿੱਤਾ ਜਾ ਰਿਹਾ। ਬੱਚੇ ਦੇ ਪਿਤਾ ਦਾ ਇਲਜ਼ਾਮ ਹੈ ਕਿ ਉਹ ਦਾਖਲੇ ਲਈ ਆਏ ਸਨ ਪਰ ਉਹਨਾਂ ਨੂੰ ਵਾਰ-ਵਾਰ ਟਾਲ ਦਿੱਤਾ ਗਿਆ।
10th ਚ ਪੜਿਆ ਵਾ, ਪਲੱਸ 1 ਚ ਦਾਖਲਾ ਨਹੀਂ ਦਿੱਤਾ ਗਿਆ। ਕਾਰਨ ਇਹ ਵੀ ਮੈਂ ਆਉਂਦਾ ਰਿਹਾ ਵਾ, ਮੈਨੂੰ ਕਹਿੰਦੇ ਰਹੇ ਆ ਵੀ ਕੱਲ ਆਈ ਪਰਸੋਂ ਆਈ, ਕਰ ਲਾਂਗੇ ਕਰ ਲਾਂਗੇ, ਹੁਣ ਕਹਿਣ ਦੇ ਟਾਈਮ ਲੰਘ ਗਿਆ, ਨਹੀਂ ਹੋਣਾ। ਹਾਂਜੀ, ਮੈਂ ਕਿਹਾ ਸੀ ਵੀ ਮੈਂ ਆਉਂਦਾ ਰਿਹਾ ਵਾ, ਮੈਂ ਪਾਪਾ ਨੂੰ 2-3 ਵਾਰੀ ਲੈ ਕੇ ਆਇਆ ਤੇ ਪਰ ਗੱਲ ਨੂੰ ਟਾਲ ਦਿੱਤਾ ਗਿਆ, ਮੈਨੂੰ ਦਾਖਲਾ ਨਹੀਂ ਦਿੱਤਾ ਗਿਆ। ਇੱਥੇ ਮੈਂ ਦਾਖਲਾ ਦਵਾਉਣ ਆਉਂਦਾ ਰਿਹਾ, ਮੈਨੂੰ ਟਾਲ ਦਿੰਦੇ ਰਹੇ, ਕਦੀ ਬਾਹਰ ਕਦੀ ਮੈਡਮ ਨਹੀਂ ਆਈ, ਕਦੀ ਮੈਡਮ ਨਹੀਂ ਆਈ, ਕਦੀ ਸਰ ਨਹੀਂ ਆਇਆ, ਕਦੀ ਆਹ ਤੁਹਾਡਾ ਟਾਰਗੇਟ ਤੈਨੂੰ ਪੂਰਾ ਨਹੀਂ, ਆਹ ਸਰਟੀਫਿਕੇਟ ਲੈ ਜਾਓ, ਉਹ ਸਰਟੀਫਿਕੇਟ ਲੈ ਜਾਓ। ਹਾਂਜੀ, ਰੈਗੂਲਰ 6ਵੀਂ ਤੋਂ ਲੈ ਜੇ 10 ਤੱਕ ਇੱਥੇ ਕੀਤੀ, ਹੁਣ ਕਹਿੰਦੇ ਵੀ ਟਾਈਮ ਲੰਘ ਜਾ ਤੇ ਇਹਨੂੰ ਦਾਖਲ ਨਹੀਂ ਕਰ ਸਕਦੇ। ਕਈ ਵਾਰ ਪ੍ਰਿੰਸੀਪਲ ਦੇ ਨਾਲ ਇਹਨਾਂ ਨੇ ਆਣ ਕੇ ਹੱਥ ਬੰਨ ਕੇ ਬੇਨਤੀ ਕੀਤੀ ਵੀ ਸਾਡੇ ਬੱਚੇ ਨੂੰ ਐਡਮਿਸ਼ਨ ਦਿਓ, ਇਹਨਾਂ ਨੂੰ ਟਾਲ ਮਟੋਲ ਕਰਕੇ ਹਰ ਵਾਰ ਜਿਹੜਾ ਵਾ ਟਾਲ ਦਿੱਤਾ ਜਾਂਦਾ। ਉਧਰ ਸਕੂਲ ਪ੍ਰਿੰਸੀਪਲ ਵੱਲੋਂ ਆਪਣੇ ਤੇ ਲੱਗ ਰਹੇ ਇਹਨਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਜਾ ਰਿਹਾ ਹੈ। ਉਹਨਾਂ ਵਿਦਿਆਰਥੀ ਨੂੰ ਦਾਖਲਾ ਨਾ ਦੇਣ ਪਿੱਛੇ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਵਿਖਾਇਆ, ਜਿਸ ਵਿੱਚ ਦਾਖਲੇ ਦੀ ਆਖਰੀ ਤਰੀਕ 31 ਅਗਸਤ ਦਿੱਤੀ ਗਈ ਸੀ। ਉਹਨਾਂ ਸਕੂਲ 'ਚ ਫੈਲੀ ਗੰਦਗੀ ਬਾਰੇ ਕਿਹਾ ਕਿ ਕੋਈ ਵੀ ਗ੍ਰਾਂਟ ਨਹੀਂ ਆਈ ਤੇ ਮਿਡ ਡੇ ਮੀਲ ਦਾ ਰਾਸ਼ਨ ਵੇਚਣ ਨੂੰ ਉਹਨਾਂ ਨੇ ਆਪਣੇ ਖਿਲਾਫ ਸਾਜ਼ਿਸ਼ ਦੱਸਿਆ। ਜਿਹੜਾ ਤੁਸੀਂ ਗੱਲ ਕੀਤੀ, ਜਿਹੜਾ ਧਰਨਾ ਲੱਗਾ ਬਾਹਰ, ਉਹਦੇ ਵਿੱਚ ਇਹ ਜਿਹੜੇ ਸਾਬਕਾ ਸਰਪੰਚ ਨੇ ਇੱਥੋਂ ਦੇ ਅਕਾਲੀ ਦਲ ਦੇ, ਇਹਨਾਂ ਨੇ ਲਗਭਗ 4-5 ਦਿਨ ਪਹਿਲਾਂ ਸਾਡੇ ਕੋਲ ਬੱਚਾ ਆਇਆ ਸੀ, ਬੱਚਾ ਲੈ ਕੇ ਆਏ ਸੀ ਇਹ, ਅਤੇ ਇਹਨਾਂ 11ਵੀਂ ਜਮਾਤ ਦਾ ਬੱਚਾ ਲੈ ਕੇ ਆਏ ਸੀ, ਅਤੇ ਮੈਨੂੰ ਇਹਨਾਂ ਨੇ ਮਤਲਬ ਜਿਹੜਾ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮਤਲਬ ਤੁਸੀਂ ਜਿਹੜਾ ਵਾ ਇਹਨੂੰ ਦਾਖਲਾ ਦਿਓ। ਜਦਕਿ ਜਿਹੜੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਆ ਦੇਖੋ ਲੈਟਰ ਵੀ ਹੈਗੀ ਹੈ, ਇਹਦੇ ਵਿੱਚ ਜਿਹੜੀ ਲਾਸਟ ਡੇਟ ਆਫ ਐਡਮਿਸ਼ਨ ਹੈਗੀ ਹੈ 31-8 ਸੀ, 31-8 ਤੱਕ ਜਿਹੜਾ ਤੁਸੀਂ ਜਿਹੜਾ ਬੱਚਾ ਵਾ ਦਾਖਲ ਕਰ ਸਕਦੇ ਹੋ। ਪਹਿਲਾਂ 9ਵੀਂ ਤੋਂ ਲੈ ਕੇ 12ਵੀਂ ਤੱਕ ਦੇ। ਇਹਨਾਂ ਨੇ ਹੋਰ ਵੀ ਲਾਇਆ ਜੀ ਇਲਜ਼ਾਮ ਕਿ ਜਿਹੜਾ ਧਰਨਾ ਲੱਗਾ ਬੈਠੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਕਿ ਤੁਹਾਡੀ ਆਡੀਓ ਅਤੇ ਵੀਡੀਓ ਵਾਇਰਲ ਹੋਈ ਜਿਸ ਮਿਡ ਡੇ ਮੀਲ ਦਾ ਸਮਾਨ ਬਾਹਰ ਵੇਚਿਆ ਜਾ। ਸਰ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਇਹ ਜਿਹੜਾ ਇਹ ਮੁੱਦਾ ਵੈ ਇਹ ਇਸ ਨੂੰ ਜਿਹੜਾ ਵੈ ਪ੍ਰੈਸ਼ਰ ਕ੍ਰੀਏਟ ਕਰਨ ਵਾਸਤੇ ਜਿਹੜਾ ਵੈ ਇਹ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ, ਕਿਉਂਕਿ ਜਦੋਂ ਲਾਸਟ ਟਾਈਮ ਇਹ ਗੱਲ ਹੋਈ ਹੈ, ਜਦੋਂ ਇਹਨਾਂ ਨੂੰ ਕਨਵਿੰਸ ਅਸੀਂ ਕਰਕੇ ਭੇਜਿਆ, ਉਹ ਉਸ ਦਿਨ ਹੀ ਸਾਨੂੰ ਧਮਕੀ ਦੇ ਗਏ ਸੀ, ਸਾਨੂੰ ਸੈੱਟ ਕਰ ਗਏ ਸੀ ਕਿ ਲਓ ਜੀ ਮੈਂ ਤੁਹਾਡੇ ਖਿਲਾਫ਼ ਧਰਨਾ ਲਗਾਵਾਂਗਾ, ਇਹ ਜਿਹੜੇ ਸਾਬਕਾ ਸਰਪੰਚ ਸਾਹਿਬ ਹੋਗੇ ਇਹ ਉਸ ਦਿਨ ਹੀ ਸਾਨੂੰ ਸੈੱਟ ਕਰ ਗਏ ਸੀ, ਅਤੇ ਇਸ ਕਰਕੇ ਇਹਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਮੇਨ ਮੁੱਦਾ ਇਹੋ ਹੀ ਹੈ। ਪਹਿਲੀ ਨਜ਼ਰੇ ਭਾਵੇਂ ਇਹ ਮਾਮਲਾ ਪਿੰਡ ਵਾਸੀਆਂ ਤੇ ਸਕੂਲ ਪ੍ਰਿੰਸੀਪਲ ਵਿਚਾਲੇ ਆਪਸੀ ਖਿੱਚੋਤਾਣ ਦਾ ਲੱਗਦਾ ਹੈ, ਪਰ ਜੋ ਕਥਿਤ ਵੀਡੀਓ ਤੇ ਆਡੀਓ ਸਾਹਮਣੇ ਆਇਆ ਹੈ, ਉਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਕੂਲ ਪ੍ਰਿੰਸੀਪਲ ਵੱਲੋਂ ਹੀ ਮਿਡ ਡੇ ਮੀਲ ਦਾ ਰਾਸ਼ਨ ਬਾਹਰ ਵੇਚਿਆ ਜਾ ਰਿਹਾ ਹੈ। ਉਹ ਕਿਤੇ ਨਾ ਕਿਤੇ ਦਾਲ ਵਿੱਚ ਕੁਝ ਕਾਲਾ ਹੋਣ ਵੱਲ ਇਸ਼ਾਰਾ ਕਰਦਾ ਹੈ। ਸੋ ਲੋੜ ਹੈ ਕਿ ਇਸ ਮਾਮਲੇ ਦੀ ਜਾਂਚ ਹੋਵੇ, ਪਤਾ ਕੀਤਾ ਜਾਏ ਕਿ ਆਖਰ ਸਕੂਲ ਦਾ ਰਾਸ਼ਨ ਬਾਹਰ ਕਿਵੇਂ ਵੇਚਿਆ ਗਿਆ ਤੇ ਕਿਸ ਦੇ ਇਸ਼ਾਰੇ ਤੇ ਇਹ ਹੋਇਆ ਹੈ। ਮਜੀਠਾ ਤੋਂ ਸੁਨੀਲ ਦੇਵਗਨ ਦੀ ਰਿਪੋਰਟ, PTC ਨਿਊਜ਼।